ਮੈਂ ਜੀ ਸਬ ਇੰਸਪੈਕਟਰ ਦਲਜੀਤ ਸਿੰਘ, ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ। ਪਿਛਲੇ ਰੋਜ਼ ਜਿਹੜੀ ਇੱਕ ਮੀਡੀਆ 'ਤੇ ਜਿਹੜੀ ਖਬਰ ਨਸ਼ਰ ਹੋਈ ਸੀਗੀ ਕਿ ਇੱਕ ਬੱਚੀ ਆ ਜਿਹਦੇ ਕਿ ਆਨੰਦ ਕਾਰਜ ਨੇ ਅਤੇ ਉਹਦੇ ਜਿਹੜੇ ਆ ਨਾਨਕੇ ਅਤੇ ਦਾਦਕੇ ਨਹੀਂ ਆ ਸਕੇ, ਉਸ ਅਸੀਂ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਇਸ ਪਿੰਡ ਸੁਲਤਾਨ ਵਿਖੇ ਪਹੁੰਚੇ ਹਾਂ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਕਿ ਬਹੁਤ ਹੀ ਬਦਤਰ ਨੇ। ਉਹਨਾਂ ਦਾ ਮਕਾਨ ਜਿਹੜਾ ਵਾ ਉਹ 6-7 ਫੁੱਟ ਨੀਵਾਂ, ਔਰ ਜਦੋਂ ਬਰਸਾਤਾਂ ਹੁੰਦੀਆਂ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਅਤੇ ਉਹ ਰਾਤ ਸੌਂ ਨਹੀਂ ਪਾਉਂਦੇ ਅਤੇ ਬਾਲਿਆਂ ਵਾਲੀ ਛੱਤ ਜਿਹੜੀ ਚੁੰਦੀ ਹੈ। ਦਲਜੀਤ ਭਾਅ ਜੀ, ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹਰ ਨਹੀਂ ਫੜੀ, ਪਰ ਤੁਸੀਂ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਪ ਦੇ ਵਿੱਚ ਪਹੁੰਚੀ, ਉਹ ਕਿਵੇਂ ਦੇਖਦੇ? ਇਹ ਪਰਮਾਤਮਾ ਹੀ ਸੇਵਾ ਸਿਰ 'ਤੇ ਹੱਥ ਰੱਖ ਕੇ ਲੈਂਦੇ ਨੇ। ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਂ ਪਿਓ ਦੀ ਸੇਵਾ ਜਿਹੜੀ ਉਹ ਸਾਰੀ ਉਮਰ ਨਹੀਂ ਕਰ ਸਕਦੇ ਅਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾਹ ਸੰਸਕਾਰ ਨਹੀਂ ਹੋ ਸਕਦਾ। ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਰਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾਂ ਵਾਲੇ ਬੰਦੇ ਨੂੰ ਮਿਲਦੀ, ਅਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ, ਲੱਖ ਲੱਖ ਸ਼ੁਕਰਾਨਾ ਜਿਹਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਅਤੇ ਇਹੋ ਜਿਹੀਆਂ ਸੇਵਾਵਾਂ ਮੈਂ ਇਸੇ ਤਰ੍ਹਾਂ ਕਰਦਾ ਰਹਾਂ ਅਤੇ ਪਰਮਾਤਮਾ ਸੇਵਾ ਦਿੰਦਾ ਰਹੇ ਅਤੇ ਅਸੀਂ ਇਹਨਾਂ ਲੋਕਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਰਜ ਆ ਉਹਨਾਂ ਨੂੰ ਨੇਪਰੇ ਚੜ੍ਹ ਸਕੇ। ਹੋਰ ਵੀ ਜਿਸ ਚੀਜ਼ ਦੀ ਲੋੜ ਹੋਏਗੀ ਤਾਂ ਪਰਿਵਾਰ ਨੂੰ? ਹਾਂ ਜ਼ਰੂਰ ਜੀ, ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਵੀ ਇਹਨਾਂ ਦਾ ਆਨੰਦ ਕਾਰਜ ਹੋ ਜਾਂਦੇ ਆ, ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤਾਂ ਮੈਂ ਜ਼ਰੂਰ ਉਹਨਾਂ ਨਾਲ ਖੜੇ ਹੋਵਾਂਗੇ, ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂਗੇ। ਦਲਜੀਤ ਭਾਅ ਜੀ, ਪਹਿਲਾਂ ਪਰਿਵਾਰ ਦੇ ਉਦਾਸੀ ਸੀ ਚਿਹਰੇ ਦੇ ਉੱਪਰ, ਤੁਸੀਂ ਪਹੁੰਚੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ? ਚਿਹਰੇ ਵਿੱਚ ਵੀ ਜੀ ਤਾਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ ਕਿ ਉਹ ਬੱਚੀ ਦੇ ਚਿਹਰੇ ਦੀ ਮੁਸਕਾਹਟ ਜਿਹੜੀ ਆ ਉਹ, ਸਾਡੀ ਥਕਾਨ ਵੀ ਦੂਰ ਹੋ ਗਈ ਆ, ਉਹ ਸਾਨੂੰ ਆਇਆਂ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ੍ਹ ਨਾ ਕੋਈ ਟੈਂਟ ਸੀਗਾ ਨਾ ਕੋਈ ਸਮਾਨ ਸੀਗਾ ਨਾ ਕੋਈ ਘਰ ਵਿੱਚ ਕੋਈ ਆ ਗਿਆ ਸੀਗਾ ਅਤੇ ਅੱਜ ਪਤਾ ਲੱਗਦਾ ਵੀ ਇਹ ਵਿਆਹ ਵਾਲਾ ਘਰ ਆ ਔਰ ਬੇਟੀ ਦੇ ਚਿਹਰੇ 'ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈਗੀ। ਤੁਸੀਂ ਜਦੋਂ ਪਹੁੰਚੇ ਤੇਲ ਚੋਇਆ ਜਾਂਦਾ, ਤੁਹਾਡਾ ਸਵਾਗਤ ਹੁੰਦਾ ਕਿਵੇਂ? ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਵਾ ਵੀ ਕਿਸੇ ਦੇ ਅੰਦਰ ਆਦਰ ਸਤਿਕਾਰ ਵਿੱਚ ਉਹ ਤੇਲ ਚੋਇਆ ਜਾਂਦਾ। ਆਦਰ ਸਤਿਕਾਰ ਉਸ ਇਨਸਾਨ ਦਾ ਹੁੰਦਾ ਜਾਂ ਦੇਵੀ ਦੇਵਤਿਆਂ ਦਾ ਲੋਕ ਕਰਦੇ ਆ ਜਾਂ ਬਹੁਤ ਵੱਡੇ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨੂੰ ਦਿੰਦੇ ਆ, ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਲ ਨਹੀਂ ਹੈਗਾ। ਫਿਰ ਵੀ ਇਹਨਾਂ ਜਿਹੜਾ ਤੇਲ ਚੋਇਆ ਮੈਂ ਬਹੁਤ ਭਾਗਾਂ ਵਾਲਾ ਸਮਝਦਾ ਕਿ ਪਰਮਾਤਮਾ ਨੇ ਮੈਨੂੰ ਇਹੋ ਜਿਹੇ ਮੌਕੇ 'ਤੇ ਮੈਨੂੰ ਇਹੋ ਜਿਹਾ ਨਿਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਨੇ ਮੈਨੂੰ ਇੰਨਾ ਆਦਰ ਅਤੇ ਸਤਿਕਾਰ ਦਿੱਤਾ। ਜਿਨ੍ਹਾਂ ਪਰਿਵਾਰਾਂ ਨੇ ਮਦਦ ਕੀਤੀ ਅੱਗੇ ਆ ਕੇ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਹੈਲਪ ਵੀ ਕੀਤੀ ਆ, ਇੱਥੋਂ ਤੱਕ ਵੀ ਕਈਆਂ ਨੇ ਪੈਲਸ ਵੀ ਬੁੱਕ ਕਰਾਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੇ ਦਾਨੀ ਸੱਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਆ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜਦ 16 ਤਰੀਕ ਨੂੰ ਮੈਰਿਜ ਆ 16 ਤਰੀਕ ਦੇ ਤੱਕ ਜੇ ਇਹਨਾਂ ਦੇ ਘਰਦਿਆਂ ਨਾਲ ਰਾਬਤਾ ਕਰਕੇ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਵਿਖੇ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਅਤੇ ਅਸੀਂ ਕਿਸੇ ਕੋਲ ਆਪਣਾ ਨਾਂ ਹੀ ਅਕਾਊਂਟ ਨੰਬਰ ਦਿੰਦੇ ਹਾਂ, ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ ਵਟਸਐਪ ਨੰਬਰ ਜਾਂ ਕੋਈ ਗੂਗਲ ਪੇ ਦਿੰਦੇ ਹਾਂ ਕਿ ਜਿਹਦੇ ਨਾਲ ਕੋਈ ਮਿਸਯੂਜ ਕਰ ਸਕੇ। ਇਸ ਪਰਿਵਾਰ ਨਾਲ ਸਿੱਧਾ ਰਾਬਤਾ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦਾ ਜੀ। ਕੱਲ੍ਹ ਨਾ ਕੋਈ ਸਾਡੇ ਵਿਆਹ ਤਿਆਰੀ ਨਹੀਂ ਸੀ ਸਾਡੇ ਘਰੇ, ਅਸੀਂ ਸੋਚਦੇ ਹਾਂ ਵੀ ਚਲੋ ਕਿਸ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ, ਅਤੇ ਤੁਸੀਂ ਕੱਲ੍ਹ ਸਾਡੇ ਘਰੇ ਕਹਿ ਕੇ ਗਏ ਹੋ ਵੀ ਚਲੋ ਬੇਟੀ ਨੇ ਤੁਸੀਂ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਵੀ ਚੱਲ ਭੈਣ ਦਾ ਵਧੀਆ ਵਿਆਹ ਹੋਣਾ ਤੇ ਭੈਣ ਟੈਨਸ਼ਨ ਨਾ ਲੈ ਵੀ, ਅਤੇ ਉਹੀ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀਰ ਅੱਜ ਆਇਆ ਸਾਡੇ ਘਰੇ ਪੁਲਿਸ ਵਾਲਾ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘ, ਅਤੇ ਮੈਂ ਉਹਦਾ ਧੰਨਵਾਦ ਕਰਦੀ ਹਾਂ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ। ਨਹੀਂ ਭੈਣ ਭਰਾ ਕੋਈ ਨਹੀਂ ਪਹੁੰਚਿਆ, ਭੈਣ ਭਰਾਵਾਂ ਨੇ ਵੀ ਸਾਥ ਛੱਡਤਾ ਵੀ ਹਾਂ ਵੀ ਨਹੀਂ ਅਸੀਂ ਇੰਨੇ ਯੋਗ ਨਹੀਂ ਹੈਗੇ। ਧੀ ਦਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ।
ਹੁਣ ਲੋੜਾਂ ਜਿਹੜੀਆਂ ਜ਼ਰੂਰਤਾਂ ਸੀ ਰੀਤੀ ਰਿਵਾਜ਼ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ? ਹਾਂਜੀ ਪੂਰੀਆਂ ਹੋ ਰਹੀਆਂ। ਕੀ ਅਪੀਲ, ਕੀ ਧੰਨਵਾਦ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਸੇਵਾ ਭੇਜੀ? ਹਾਂਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਵੀ ਜਿਨ੍ਹਾਂ ਸੇਵਾ ਭੇਜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਬਾਬਾ ਪੰਜਾਬ ਸਿੰਘ ਸੁਲਤਾਨਵਿੰਡ ਪੰਜਥਾ, ਜੋ ਮਿਸਲ ਬਾਬਾ ਨਿਧਾਨ ਸਿੰਘ ਪੰਜਥਾ ਚਲਾ ਰਹੇ ਹਾਂ। ਸੋ ਅਸੀਂ ਮੀਡੀਆ 'ਤੇ ਅੱਜ ਹੀ ਹੁਣੇ ਥੋੜ੍ਹੀ ਦੇਰ ਪਹਿਲਾਂ ਇਹ ਵੇਖੀ ਬਾਈਟ, ਜਿਹੜੀ ਇਹ ਪਰਿਵਾਰ, ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀਂ ਹੋ ਚੁੱਕੀ, ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ 'ਚ, ਅਤੇ ਜਿਹੜਾ ਦੀ ਬੱਚੀ ਦਾ 16 ਤਰੀਕ ਨੂੰ ਆਨੰਦ ਕਾਰਜ ਆ, ਅਤੇ ਬਹੁਤ ਕਮਜ਼ੋਰੀ ਆ ਘਰ ਦੇ ਵਿੱਚ, ਜਿਹੜਾ ਕਿ ਇਹਨਾਂ ਦੇ ਕੋਲੋਂ ਦਿੱਕਤ ਆ, ਵਿਆਹ ਸਿਰ 'ਤੇ ਆ ਗਿਆ ਅਤੇ ਘਰ ਦੇ ਵਿੱਚ ਕੁਲ ਨਹੀਂ। ਪਰ ਭਾਜੀ ਦਲਜੀਤ ਸਿੰਘ ਜੀ ਜੋ ਸਬ ਇੰਸਪੈਕਟਰ, ਅਤੇ ਉਹਨਾਂ ਦੇ ਨਾਲ ਹੋਰ ਵੀ ਦਾਨੀ ਸੱਜਣ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਮੈਂ ਨਹੀਂ ਜਾਣਦਾ, ਪਰ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਮਤਲਬ ਵੀ ਅੱਗੇ ਲੱਗ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ 'ਤੇ ਚੁੱਕ ਲਿਆ, ਅਤੇ ਇਹ ਜਿਹੜਾ ਕਾਰਜ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਕਰਾ ਲੈਣਗੇ। ਅੱਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਸਦਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ, ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ, ਅਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਉਹ ਬਦਲਾ ਦਈਏ, ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾਂ ਦੀ ਇਹਨਾਂ ਨੂੰ ਦੇਈ ਜਾਣਗੇ, ਜਿਹੜੀ ਇਹਨਾਂ ਦੀ ਛੱਤ ਉਹ ਜ਼ਰੂਰ ਬਦਲ ਦੇਣੀ ਚਾਹੀਦੀ ਹੈ। ਬਿਲਕੁਲ ਜੀ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਮੈਂ ਖਾਸ ਕਰਕੇ ਭਾਈ ਦਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹ ਇੱਕ ਇੱਥੇ ਹੀ ਨਹੀਂ, ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ, ਜਿੰਨੀ ਵੀ ਇਹ ਲੋੜਵੰਦਾਂ ਦੀ ਮਦਦ ਕਰਦੇ ਨੇ, ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ। ਅੱਜ ਮੈਂ ਵੇਖਦਾ ਵਾਂ ਵੀ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ, ਜਿਹਨੇ ਨਹੀਂ ਤਾਂ ਬਹੁਤ ਆਹ ਅਤੇ ਇਹੋ ਜਿਹੇ ਵੀ ਨਾਕਿਆਂ 'ਤੇ ਵੇਹਨਾ ਵਾਂ ਜਿਹੜੇ 20-20 ਰੁਪਏ ਵੀ ਲੋਕਾਂ ਕੋਲ ਕੱਢ ਲੈਂਦੇ ਨੇ, ਅਤੇ ਪਰ ਇਹ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਇਹ ਆਪਣੇ ਕੋਲੋਂ ਆਪਣੇ ਦਸਵੰਧ ਕੱਢ ਕੇ ਅਤੇ ਲੋਕਾਂ ਦੀ ਜਿਹੜੀ ਗਰੀਬ ਗੁਰਦਿਆਂ ਦੀ ਸੇਵਾ ਕਰਦੇ ਨੇ। ਅਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ, ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ ਜੀ।